दोस्तों तुसी वेखदे हो लोकां दी आवाज टीवी चैनल ते मैं निशान सिंह अज मंदोट ब्लाक दे विच पहुंचे हां। किसान यूनियन दे आगू ने सो इन्हां दे नाल गल्लबात करदे हां। जिस तरह किसानां दा दुबारा तो अंदोलन शुरू होया चंडीगढ़ दे विच, जिस तरह जथेबंदियां पहुंचियां ने सरकार दे वल्लों पुलिस दे वल्लों बहुत ही लाठीचार्ज किया गया, सो गल्लबात करदे हां आगू दे नाल। हां जी वीर जी, वाहिगुरु जी का खालसा वाहिगुरु जी की फतेह। वाहिगुरु जी की फतेह जी। देखो जी, सब तो पहला तां गल ये कहिए भी मुद्दा की सीगा। मुद्दा साडा किसे पंजाब सरकार दे नाल नहीं सीगा, साडा मुद्दा सी सेंटर सरकार दे नाल। ते सेंटर सरकार दे जो गवर्नर बैठे ने पंजाब दे चंडीगढ़ विच, असी उन्हां नूं अपना मंग पत्र देना सी कि जो तुसी साडे नाल पतीरा पंजाब च कर रहे हो वो सही नहीं कर रहे है, क्योंकि जो भी ग्रांटा ने साडियां जो एक जो अपना हर प्रति ग्रांटा होंदियां ने गवर्नमेंट कोल वो देनी होंदियां ने। साडे पंजाब नूं 218.40 करोड़ रुपये इन्होंने दिता है, जद 37% बनता है, जबकि साढ़ा 520 करोड़ बनता सी। और इस तरह ही इन्होंने हरियाणा हिमाचल में जो आफत आई है उन्होंने इन्होंने 90% दिता है, इस तरह ही इन्होंने गुजरात को 90% देता है। 90 गुजरात का 1580 करोड़ बनता सीगा, उन्होंने 1100 करोड़ दे दिता है। सानू इन्ना नहीं कट दिता सी, जिस करके असी अपनी आवाज उत्थे लेके जा रहे स। लेकिन पता नहीं रातों रात की होया, मैं अपने इस घर बैठा हुआ सा, सवेरे तड़के 5 बजे पुलिस आउंदी है, आण के बुआ खड़काउंदी है, मेरे घर दे उठदे ने की गल जी, मैं थोड़ा जिहा मंजी दे बीमार सा। कहिंदे जी अपना प्रधान जी कित्थे ने, कहिंदे घरे अंदर पए ने, उन्हां बाहर बुलाओ। मैं जिस तरीके से उठा परना वलिया तो मैं उठ के बाहर निकलदा, इत्थों SHO साहब मैं वेख्या 15-20 बंदे नाल गड्डियां, जिस तरह बड़ा वड्डे किसे अतवादी नूं घेरना हुंदा है। ते मैं पुछा गल दसो, कहिंदे गल कोई नहीं ਤੁਹਾਨੂੰ ਥਾਣੇ ਜਾ ਕੇ ਦੱਸਾਂਗੇ, DSP ਸਾਹਿਬ ਆਉਣਗੇ, SSP ਸਾਹਿਬ ਆਉਣਗੇ, ਤੁਹਾਡੇ ਨਾਲ ਗੱਲ ਕਰਨਗੇ। ਮੈਂ ਦੱਸੋ ਜੀ ਤੁਸੀਂ ਜਾਂਦੇ ਆ, ਮੇਰੀ ਰੈਸਟ ਪਾ ਦਿਓ, ਮੇਰੇ ਕੋਲ ਮੈਨੂੰ 2-4 ਬੰਦਿਆਂ ਨੂੰ ਦੱਸਦਾ ਦੇਣ ਦਿਓ ਵੀ ਗੱਲ ਕੀ। ਕਹਿੰਦੇ ਤੁਹਾਨੂੰ ਗੱਲ ਨਹੀਂ ਦੱਸਣੀ। ਸੋ ਸਾਨੂੰ ਇਹਨਾਂ ਨੇ ਜਿੰਨੇ ਕੁਛ ਬੰਦਿਆਂ ਨੂੰ ਇਹਨਾਂ ਨਜ਼ਰਬੰਦ ਕਰ ਲਿਆ, ਕੁਛ ਬੰਦਿਆਂ ਨੂੰ ਫੜ ਕੇ ਇਹਨਾਂ ਅੰਦਰ ਆਪਣੇ ਹਵਾਲਾਤ 'ਚ ਕਰ ਦਿੱਤਾ, ਔਰ ਬਾਕੀ ਕੁਛ ਜਿਹੜੇ ਬਚੇ ਕਿਸਾਨ ਸੀ ਉਹਨਾਂ ਨੇ ਜਦੋਂ ਫਿਰੋਜ਼ਪੁਰ ਤੋਂ ਇੱਥੋਂ ਰਵਾਨਗੀ ਕੀਤੀ ਤਾਂ ਉਹਨਾਂ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨਾਲ ਕੁੱਟਮਾਰ ਹੋਈ, ਬੁਰੇ ਹਾਲਤ ਹੋਏ, ਕਿਸੇ ਦੀਆਂ ਪੱਗਾਂ ਲਾਈਆਂ, ਦਸਤਾਰਾਂ ਦੀ ਬੇਅਦਬੀ ਕੀਤੀ। ਸੋ ਅਸੀਂ ਕਿੱਧਰ ਜਾ ਰਹੇ ਸਾਂ, ਸਭ ਨੂੰ ਪਤਾ ਹੈ ਕਿ ਸਾਡੀ ਮੰਗ ਕੀ ਹੈ। ਪਹਿਲਾਂ ਪੁੱਛੋ ਤਾਂ ਬਈ ਤੁਹਾਡੀ ਮੰਗ ਕੀ ਹੈ, ਸਾਡੀ ਮੰਗ ਕੋਈ ਕਿਸੇ ਐਜੀਟੇਸ਼ਨ ਥੋੜ੍ਹਾ ਕਰਨ ਜਾ ਰਹੇ ਸਾਂ, ਅਸੀਂ ਤਾਂ ਆਪਣਾ ਮੰਗ ਪੱਤਰ ਦੇਣ ਜਾ ਰਹੇ ਸਾਂ, ਅਸੀਂ ਆਪਣਾ ਰੋਸ ਮੁਜ਼ਾਹਰਾ ਕਰਨ ਜਾ ਰਹੇ ਸਾਂ। ਚੰਡੀਗੜ੍ਹ ਕਿਸੇ ਦਾ ਪਰਸਨਲ ਨਹੀਂਗਾ, ਚੰਡੀਗੜ੍ਹ ਸਾਡਾ, ਸਾਡਾ ਤੇ ਪੰਜਾਬ ਦਾ ਹੱਕ ਹੈ, ਔਰ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ। ਤੁਸੀਂ ਵੇਖਿਆ ਕਿ ਸਾਡੇ ਮੰਡੇਰ ਸੰਗਰੂਰ ਜ਼ਿਲ੍ਹੇ ਦੇ ਮੰਡੇਰ ਪਿੰਡ ਦੇ ਸਰਦਾਰ ਪ੍ਰੀਤਮ ਸਿੰਘ ਸੀ, ਉਹਨਾਂ ਦਾ ਕਤਲ ਹੋਇਆ, ਉਹਨੂੰ ਉੱਥੇ ਹਾਦਸੇ ਮਾਰ ਦਿੱਤਾ ਗਿਆ, ਪੁਲਿਸ ਨੇ ਉਹਦੇ ਕੁੱਟਮਾਰ ਕੀਤੀ ਔਰ ਉਹਨੂੰ ਵੀ ਮਾਰ ਦਿੱਤਾ ਗਿਆ। ਔਰ ਬਾਅਦ ਦੇ ਵਿੱਚ ਸਾਡੇ ਅਨੇਕ ਕਿਸਾਨਾਂ ਨੂੰ ਇਹਨਾਂ ਨੇ, ਇੱਥੋਂ ਤੱਕ ਬੀਬੀਆਂ ਨੂੰ ਵੀ ਇਹਨਾਂ ਨੇ ਬੇਪਤ ਕਰਨ ਤੋਂ ਪਿੱਛੇ ਨਹੀਂ ਹਟੀ। ਸੋ ਸਾਡਾ ਕਸੂਰ ਦੱਸੋ ਕੀ ਹੈ, ਅਸੀਂ ਸਾਡੀਆਂ ਮੰਗਾਂ ਜਾਇਜ਼ ਪੁੱਛ ਲਓ ਕੀ ਨੇ, ਵੀ ਜੋ ਮੁਆਵਜ਼ਾ ਹੈ ਸਾਨੂੰ ਮਿਲਣਾ ਚਾਹੀਦਾ ਹੈ, 50,000 ਰੁਪਇਆ ਪ੍ਰਤੀ ਏਕੜ ਉਹ ਨਹੀਂ ਦੇ ਰਹੇ, ਪੰਜਾਬ ਸਰਕਾਰ ਕਹਿੰਦੀ 20,000 ਹੀ ਦੇਵਾਂਗੇ, 20,000 ਵੀ ਕਿਹਨੇ ਦੇਣਾ ਹੈ? ਤੁਸੀਂ ਜਾ ਕੇ ਤੁਹਾਨੂੰ ਮੈਂ ਪਾਣੀ ਹੁਣ ਵਿਖਾਉਣਾ, ਸਾਡੀਆਂ ਫਸਲਾਂ ਵੇਖੋ ਪੂਰੇ ਤਬਾਹੀ ਹੋ ਚੁੱਕੀ ਹੈ, ਉਹਦੀ ਕਣਕ ਦਾ ਕੀ, ਝੋਨਾ ਦਾ ਕੀ ਹੋਣਾ, ਕਣਕ ਵੀ ਨਹੀਂ ਹੋਣ ਵਾਲੀ, ਤੁਹਾਨੂੰ ਜਾ ਕੇ ਮੈਂ ਮੌਕੇ 'ਤੇ ਵਿਖਾਉਣਾ, ਜਾ ਕੇ ਵੇਖਿਓ। ਸੋ ਇਸ ਕਰਕੇ ਅੱਜ ਵੇਖੋ ਸਾਡੇ ਸੜਕਾਂ ਦੇ ਉੱਤੇ ਕਿੰਨੇ ਕਿਸਾਨ ਰੋਲ ਰਹੇ ਨੇ, ਚੰਡੀਗੜ੍ਹ ਇਹਨਾਂ ਨੇ ਇਸ ਤਰ੍ਹਾਂ ਪਹਿਰਾ ਲਾਤਾ ਵੀ ਪਤਾ ਨਹੀਂ ਕਿੱਥੇ ਕੋਈ ਹਵਾ ਨਾ ਆ ਜਾਵੇ। ਉਹ ਦੇਖੋ ਸਾਡਾ ਯਾਰ ਸਟੇਟ ਆ, ਸਾਡੀ UT ਹੈ, ਅਸੀਂ ਜਾਣਾ ਚਾਹੁੰਦੇ ਹਾਂ, ਸਾਡੀ ਰਾਜਧਾਨੀ ਹੈ, ਅਸੀਂ ਆਪਣੀ ਆਵਾਜ਼ ਕਿਹਨੂੰ ਸੁਣਾਵਾਂਗੇ? ਨਾਲੇ ਪ੍ਰੋਟੈਸਟ ਕਰਨ ਦਾ ਹੱਕ ਹੈ। ਹਾਂ, ਇਹ ਲੋਕਤੰਤਰ 'ਤੇ ਸਿੱਧਾ ਧੱਕਾ ਕੀਤਾ ਜਾ ਰਿਹਾ। ਇਹ ਭਗਵੰਤ ਮਾਨ ਤੋਂ ਅਸੀਂ ਬੜੀ ਆਸ ਰੱਖਦੇ ਸਾਂ, ਕਿਉਂਕਿ ਜੋ ਆਮ ਆਦਮੀ ਪਾਰਟੀ ਹੈ ਇਹ ਪ੍ਰੋਟੈਸਟ ਦੇ ਵਿੱਚੋਂ ਨਿਕਲੀ ਹੈ, ਇਹ ਐਜੀਟੇਸ਼ਨ ਦੇ ਵਿੱਚੋਂ ਨਿਕਲੀ ਹੈ, ਇਹਦੇ ਨਾਲੋਂ ਕਿਸੇ ਹੋਰ ਨੂੰ ਜ਼ਿਆਦਾ ਨਹੀਂ ਪਤਾ। ਇਸ ਕਰਕੇ ਕਾਂਗਰਸ ਅਸੀਂ ਮੰਨਦੇ ਸਾਂ ਕਿ 1899 ਦੀ ਪਾਰਟੀ ਬਣੀ ਹੋਈ ਹੈ, ਮੁੜ ਕੇ ਬਾਅਦ ਅਕਾਲੀ ਬਾਅਦ 'ਚ ਬਣੇ ਨੇ, ਸੋ ਇਸ ਕਰਕੇ 1920 'ਚ ਉਹਨਾਂ ਬਣੇ ਨੇ, ਸੋ ਉਹਨਾਂ ਦਾ ਜਨਮ ਪਹਿਲਾਂ ਹੋਇਆ। ਜੋ ਆਮ ਆਦਮੀ ਪਾਰਟੀ ਤਾਂ ਸਾਡੇ ਕੱਲ੍ਹ ਦੀ ਗੱਲ ਹੈ, ਇਹ ਤਾਂ ਕਹਿੰਦੇ ਸੀ ਵੀ ਅਸੀਂ ਆਮ ਘਰਾਂ ਦੇ ਵਿੱਚੋਂ ਨਿਕਲੇ ਹੋਏ ਉਮੀਦਵਾਰ ਹਾਂ। ਹਾਂ ਬਿਲਕੁਲ, ਆਮ ਘਰਾਂ ਦੇ ਵਿੱਚੋਂ ਨਿਕਲ ਕੇ ਖਾਸ ਬਣ ਗਏ ਨੇ, ਇਹਨਾਂ ਨੂੰ ਸਾਡੀਆਂ ਦੁੱਖ ਦਰਾਵਾਂ ਦਾ ਪਤਾ ਸੀਗਾ ਕੀ ਕਰ, ਇਸ ਕਰਕੇ ਸਾਡੀ ਨਬਜ ਨੱਪ ਰਹੇ ਨੇ ਹੁਣ। ਇਹਨਾਂ ਨੂੰ ਪਤਾ ਸੀ ਜੋ ਵੱਡੇ ਪਹਿਲਾਂ ਸੀ ਸਰਕਾਰਾਂ ਸੀ ਨਾ, ਲੋਕ ਸੀ ਉਹ ਮੰਤਰੀਆਂ ਦੇ ਪੁੱਤਰ ਸੀਗੇ, ਉਹ ਵੱਡੇ ਵੱਡਿਆਂ ਸ਼ਾਹੂਕਾਰਾਂ ਦੇ ਪੁੱਤਰ ਸੀ, ਵੱਡੇ ਵੱਡੇ ਮਤਲਬ ਘਰਾਣਿਆਂ ਦੇ ਪੁੱਤਰ ਸੀਗੇ, ਪਰ ਇਹ ਤਾਂ ਸਾਡੇ ਵਿੱਚੋਂ ਨਿਕਲ ਕੇ ਗਏ ਨੇ, ਇਹਨਾਂ ਨੂੰ ਸਾਡੀ ਸਾਰੇ ਦੁੱਖ ਸੁੱਖ ਦਾ ਪਤਾ ਹੈ, ਪਰ ਇਹਨਾਂ ਨੇ ਉਹ ਸਾਰੇ ਭੁੱਲ ਕੇ ਇਹ ਉਸ ਐਸ਼ੋ ਆਰਾਮ 'ਚ ਜੀਣਾ ਚਾਹੁੰਦੇ ਨੇ। ਹਾਂ, ਇਹਨਾਂ ਨੇ ਇੱਕ ਦੇਖੋ ਜੀ ਹੈਲੀਕਾਪਟਰ ਦੇ ਉੱਤੇ ਸਾਡੇ ਮੁੱਖ ਮੰਤਰੀ ਸਾਹਿਬ ਗੇੜਾ ਮਾਰ ਜਾਂਦੇ, ਥੱਲੇ ਤਾਂ ਤੱਕਦੇ ਹੀ ਨਹੀਂ ਗਏ। ਹੁਣ ਕੀ ਵੇਖਿਓ, ਮੋਦੀ ਸਰਕਾਰ ਨੇ ਸਾਨੂੰ ਜੋ ਉੱਪਰ
ਅਕਾਸ਼ ਚੰਦਰਮਾ ਦੇ ਇੱਕ ਚੰਦਰਯਾਨ ਛੱਡਤਾ 3 ਕਹਿੰਦੇ ਉੱਪਰ ਵੇਖੀ ਜਾਓ ਉਹ ਭਾਈ ਥੱਲੇ ਅਸੀਂ ਡੁੱਬ ਰਹੇ ਸੀ ਉੱਪਰ ਵੇਖ ਕੇ ਕੀ ਲੈਣਾ ਸਾਡੀ ਤੁਸੀਂ ਧਰਤੀ ਗਰਾਊਂਡ ਲੈਵਲ ਵੇਖੋ ਪੰਜਾਬ ਵੇਖੋ ਪੰਜਾਬ ਨੂੰ ਡੁੱਬਦੇ ਵੇਖੋ ਹੁਣ ਵੀ ਪਿੱਛੇ ਬਾਰਿਸ਼ਾਂ ਪੈ ਰਹੀਆਂ ਨੇ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਪਾਣੀ ਅਗਰ ਪਹਿਲਾਂ 1680 ਜੋ ਸੀ ਸਕੇਅਰ ਪਰ ਉਹਨਾਂ ਨਿਸ਼ਾਨੀ ਸੀ ਫੁੱਟ ਦੀ ਉੱਥੋਂ ਤੱਕ ਪਾਣੀ ਰੱਖਣਾ ਸੀਗਾ ਲੈਵਲ ਇਹਨਾਂ ਨੇ ਉੱਥੋਂ ਤੱਕ ਜਾਣ ਕੇ ਦਿੱਤਾ ਪਾਣੀ ਪਹਿਲਾਂ ਕਿਉਂ ਛੱਡਿਆ ਪਹਿਲਾਂ ਦਰਕਲ ਦੇ ਹੌਲੀ ਦੀ ਪਾਣੀ ਨਿਕਲ ਜਾਂਦਾ ਪਰ ਇਹਨਾਂ ਨੇ ਜਾਣ ਬੁੱਝ ਕੇ ਜੋ ਕੀਤਾ ਹੈ ਇਹ ਪੰਜਾਬ ਨੂੰ ਥੱਲੇ ਡੋਬਣ ਵਾਸਤੇ ਇਹਨਾਂ ਨੇ ਜੋ ਨੀਤੀ ਅਪਣਾਈ ਸੀ ਅਸੀਂ ਦਿੱਲੀ ਦੇ ਵਿੱਚ ਜਾ ਕੇ ਜੋ ਮੋਰਚਾ ਲਾਇਆ ਸੀ ਦਿੱਲੀ ਦੇ ਵਿੱਚ ਮੋਰਚਾ ਲਾ ਕੇ ਅਸੀਂ ਉੱਥੇ ਜਿੱਤੇ ਹਾਂ ਔਰ ਉਹ ਸਾਡੇ ਤੇ ਅੜਕ ਜੋ ਅੱਜ ਮੋਦੀ ਸਾਹਿਬ ਕੱਢ ਰਹੇ ਨੇ ਔਰ ਉਹਦਾ ਜੋ ਪਰਛਾਵਾਂ ਹੈ ਸਾਡੇ ਭਗਵੰਤ ਮਾਨ ਜੀ ਦੇ ਤੋਂ ਵੀ ਪੈ ਗਿਆ ਉਹ ਵੀ ਕਹਿੰਦਾ ਹੈ ਨੱਪੋ ਸਰਦਾਰ ਸਰਦਾਰ ਕੌਮ ਕਦੇ ਨਾ ਰਹੇ ਸਰਦਾਰ ਨੂੰ ਸਰਦਾਰ ਨਾ ਮਾਰੇ ਕਿਸੇ ਦੀ ਹਿੰਮਤ ਨਹੀਂ ਕਿ ਸਾਡੇ ਸਾਡੇ ਵਾਲਾ ਕੋਈ ਅੱਖ ਚੁੱਕ ਕੇ ਵੇਖ ਲਏ ਪਰ ਸਾਡੇ ਤੋਂ ਸਾਡੇ ਨੂੰ ਮਰਵਾਇਆ ਜਾ ਰਿਹਾ ਹੈ ਸਾਡੇ ਭਰਾ ਕਿਸਾਨ ਜਿਹੜੇ ਪੁਲਿਸ ਵਾਲੇ ਕੌਣ ਨੇ ਸਾਡੇ ਪੁੱਤਰ ਧੀਆਂ ਸਾਡੇ ਭੈਣ ਭਰਾ ਸਾਡੇ ਰਿਸ਼ਤੇਦਾਰ ਨੇ ਔਰ ਉਹਨਾਂ ਨੇ ਵੀ ਅੰਨ ਨਹੀਂ ਖਾਣਾ ਜੇ ਅਸੀਂ ਅਸੀਂ ਗੱਲ ਕਰਦੇ ਹਾਂ ਵੀ ਅਸੀਂ ਜੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣੇ ਕਿਸਾਨਾਂ ਨੇ ਮੁੱਦਾ ਚੁੱਕਿਆ ਤੇ ਇਹਨਾਂ ਕਰਕੇ ਚਿੱਪ ਵਾਲੇ ਮੀਟਰ ਨਹੀਂ ਲੱਗਣਗੇ ਇਹ ਬਿੱਲ ਨਹੀਂ ਭਰਨਗੇ ਅਸੀਂ ਤਾਂ ਇਹਨਾਂ ਦੇ ਫਾਇਦੇ ਵਾਸਤੇ ਤੁਰੇ ਫਿਰਦੇ ਹਾਂ ਸਾਡਾ ਕੋਈ ਫਾਇਦਾ ਨਹੀਂ ਪਰਸਨਲ ਨਾ ਅਸੀਂ ਪਰਸਨਲ ਫਾਇਦਾ ਸੋਚ ਰਹੇ ਹਾਂ ਅਸੀਂ ਤਾਂ ਸਿਰਫ ਜਥੇਬੰਦੀਆਂ ਜਿੰਨੀਆਂ ਵੀ ਨੇ ਉਹ ਆਪਣੇ ਜੋ ਕਿਸਾਨੀ ਦੇ ਮੁੱਦੇ ਨੂੰ ਤੇ ਜੋ ਆਪਣਾ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਤੁਰੇ ਫਿਰਦੇ ਹਾਂ ਪਰ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਚਿੱਟੇ ਨੇ ਮਾਰ ਦਿੱਤੀਆਂ ਨੇ ਫਸਲਾਂ ਸਾਡੀਆਂ ਹੜਦੇ ਮਾਰ ਦਿੱਤੀਆਂ ਨੇ ਤਾਂ ਉੱਤੋਂ ਜੋ ਬਾਰਿਸ਼ ਦਾ ਆਫਤ ਆ ਗਈ ਹੈ ਹੜ ਆ ਗਏ ਨੇ ਪਰ ਸਰ ਜੇ ਇਹਨਾਂ ਨੇ ਹੜ ਦੇ ਪਹਿਲਾਂ ਬੰਦੋਬਸਤ ਕੀਤੇ ਹੁੰਦੇ ਬੰਨ ਪੱਕੇ ਕੀਤੇ ਹੁੰਦੇ ਤੇ ਇੱਥੋਂ ਤੱਕ ਨੌਬਤ ਨਹੀਂ ਸੀ ਆਉਣ ਵਾਲੀ ਜੋ ਸਾਨੂੰ ਅੱਜ ਉਹਨਾਂ ਦਾ ਖਰਮਿਆਜਾ ਭੁਗਤਣਾ ਪੈ ਰਿਹਾ ਹੈ ਤੇ ਅਸੀਂ ਹੁਣ ਵੀ ਤੁਹਾਡੇ ਜ਼ਰੀਏ ਤੁਹਾਡੇ ਮਾਧਿਅਮ ਦੇ ਜ਼ਰੀਏ ਲੋਕਾਂ ਨੂੰ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਭਾਈ ਇਹ ਜੋ ਸਰਕਾਰ ਹੈ ਇਹ ਮਾਰੂ ਨੀਤੀ ਤੇ ਤੁਰੀ ਹੋਈ ਹੈ ਇਹ ਕਿਸਾਨ ਮਾਰੂ ਨੀਤੀ ਤੇ ਚੱਲੀ ਹੋਈ ਹੈ ਸਾਨੂੰ MSP 'ਚ ਕੀ ਦੇਣਾ ਸੀ ਕੁਛ ਨਹੀਂ ਦਵਾਇਆ ਇੱਕ ਝੋਨੇ ਦੇ ਕਣਕ ਦੀ MSP ਹੈ ਮੱਕੀ ਸਾਡੀ ਅੱਜ ਵੀ ਰੁਲ ਗਈ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਹੈ ਸੋ ਬਾਕੀ ਮੂੰਗੀ ਸਾਡੀ ਇੱਕ ਸਾਲ ਬੀਜੀ ਸੀ ਇਹਨਾਂ ਦੇ ਕਹਿਣ ਤੇ ਅਗਲੇ ਸਾਲ ਕਿਸੇ ਨੇ ਮੂੰਗੀ ਨੂੰ ਹੱਥ ਨਹੀਂ ਲਾਇਆ 18,000 ਕੁਇੰਟਲ ਸਿਰਫ ਪੰਜਾਬ ਦੇ ਵਿੱਚ ਮੂੰਗੀ ਹੋਈ ਹੈ ਕਿਉਂਕਿ ਮੂੰਗੀ ਦਾ ਰੇਟ ਨਹੀਂ ਮਿਲਿਆ ਸੋ ਕਹਿਣ ਦਾ ਮਤਲਬ ਇਹ ਵੀ ਅਸੀਂ ਕੁਛ ਜੋ ਵੀ ਅਸੀਂ ਕਰਨਾ ਚਾਹੁੰਦੇ ਸਾਂ ਉਹ ਨਹੀਂ ਹੋ ਸਕਿਆ ਹੁਣ ਸਾਡੀ ਇੱਕੋ ਹੀ ਗੱਲ ਹੈ ਇੱਕੋ ਹੀ ਮੰਗ ਹੈ ਕਿ ਸਾਡੀ ਆਵਾਜ਼ ਤਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਿਓ ਸਾਨੂੰ ਚੰਡੀਗੜ੍ਹ ਜਾਣ ਦਿਓ ਸਾਨੂੰ ਕੁੱਟੋ ਨਾ ਮਾਰੋ ਨਾ ਅਸੀਂ ਗਲਤ ਨਹੀਂ ਗਏ ਅਸੀਂ ਆਪਣੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਹਾਂ ਚੱਲਦੇ ਜਾ ਰਹੇ ਸਾਂ ਸਾਨੂੰ ਫੜ ਕੇ ਰੋਕ ਲਿਆ ਅੱਗੋਂ ਉਲੜਬਾਜ਼ੀ ਕਰਕੇ ਉਹਨਾਂ ਇਹ ਉਲੜਬਾਜ਼ ਨੇ ਜੀ ਫਲਾਣ ਕਰਦੇ ਟਮਕਾਣ ਕਰਦੇ ਦੱਸੋ ਕੱਲ੍ਹ ਦਾ ਕੀ ਅਸੀਂ ਉਲੜਬਾਜ਼ੀ ਬਸ ਉਹਦੀ ਕੀਤੀ ਹੈ ਅਸੀਂ ਭੁੱਖੇ ਪਾਣੇ ਸਾਡੇ ਮੇਲੋ ਮੁੰਡੇ ਸਾਡੇ ਬੱਚੇ ਸਾਡੇ ਪਰਿਵਾਰ ਉੱਥੇ ਜਾ ਰਹੇ ਸੀ ਚੰਡੀਗੜ੍ਹ ਨੂੰ ਸਾਨੂੰ ਜਾਣ ਦਿੰਦੇ ਅਸੀਂ ਕੋਈ ਰੋਕਣਾ ਸੀ ਅਸੀਂ ਕੁਛ ਬੋਲਣਾ ਸੀਗਾ ਅਸੀਂ ਜਾ ਕੇ ਸ਼ਾਂਤਮਈ ਜਾ ਕੇ ਆਪਣਾ ਬੈਠਣਾ ਸੀਗਾ ਸਤਨਾਮ ਵਾਹਿਗੁਰੂ ਕਰਨਾ ਸੀ ਤੇ ਮੰਗ ਪੱਤਰ ਦੇ ਕੇ ਵਾਪਸ ਆ ਜਾਣਾ ਸੀਗਾ ਵੀਰ ਜੀ ਕਿੱਥੇ ਰੁਕੇ ਆ ਹੁਣ ਜੀ ਦੇਖੋ ਜੀ ਸਾਡੇ ਜਿੱਥੇ ਜਿੱਥੇ ਟੋਲ ਪਲਾਜ਼ੇ ਨੇ ਜਿੱਥੇ ਜਿੱਥੇ ਰੋਕਤਾ ਸਾਡੀਆਂ ਆਪਣਾ ਜਥੇਬੰਦੀਆਂ ਨੂੰ ਚਾਹੇ ਪੰਜਾਬ ਦੇ ਬਿਆਸ ਦੇ ਉੱਤੇ ਹੋਵੇ ਚਾਹੇ ਆਪਣਾ ਉੱਥੇ ਡੇਰਾ ਬਾਬਾ ਨਾਨਕ ਹੋਵੇ ਚਾਹੇ ਇੱਧਰ ਪਟਿਆਲੇ ਸਾਰਿਆਂ ਨੂੰ ਸਾਨੂੰ ਆਉਣ ਦਿੱਤਾ ਨਹੀਂ ਚੰਡੀਗੜ੍ਹ ਨੂੰ ਪੂਰਾ ਨਾ ਸੀਲ ਕਰ ਦਿੱਤਾ ਵੀ ਕੋਈ ਵੀ ਬੰਦਾ ਉੱਥੇ ਨਹੀਂ ਜਾ ਸਕਦਾ ਸਾਡਾ ਕਿਸਾਨ ਹਰੀ ਪੱਗ ਬੰਨ ਕੇ ਜਿੱਥੇ ਜਿੱਥੇ ਰੋਕਿਆ ਸੀ ਉੱਥੇ ਪ੍ਰੋਟੈਸਟ ਚਾਲੂ ਹੈ ਬਿਲਕੁਲ ਜੀ ਅਸੀਂ ਉੱਥੇ ਸਾਰੇ ਕਿਸਾਨ ਸਾਡੇ ਬੈਠੇ ਹੋਏ ਨੇ ਧਰਨੇ ਸ਼ਾਂਤਮਈ ਧਰਨਾ ਕਰ ਰਹੇ ਨੇ ਅਸੀਂ ਜੋ ਆਪਣੀ ਆਵਾਜ਼ ਹੈ ਉਹ ਬੁਲੰਦ ਕਰ ਰਹੇ ਹਾਂ ਪਰ ਸਾਡੀ ਆਵਾਜ਼ ਦਾ ਗਲਾ ਕੁੱਟਿਆ ਜਾ ਰਿਹਾ ਹੈ ਸਾਨੂੰ ਲੋਕਤੰਤਰ ਨੂੰ ਫਾਹ ਦੇ ਵਿੱਚ ਟੰਗ ਦਿੱਤਾ ਗਿਆ ਹੈ ਇਹ ਅਸੀਂ ਨਹੀਂ ਸੀ ਸੋਚਿਆ ਕਿ ਸਾਡੇ ਨਾਲ ਇਹ ਹਾਲਾਤ ਹੋਣਗੇ ਪਰ ਜੋ ਸਾਡੇ ਤੇ ਅੱਜ ਹੋ ਰਹੀ ਹੈ ਇਹ ਜਗੋਂ ਤੇ ਵੀ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਕੁਛ ਨਾ ਹੋਵੇ ਸਾਨੂੰ ਸਾਡੇ ਹੱਕਾਂ ਦੀ ਆਵਾਜ਼ ਅਸੀਂ ਸਾਡੇ ਪਸ਼ੂ ਜੋ ਧਨ ਮਰ ਗਿਆ ਹੈ ਪਸ਼ੂ ਧਨ ਸਾਡਾ ਹੈ ਅਸੀਂ ਕਿਸ਼ਤਾਂ ਤੇ ਲੈ ਕੇ ਗਰੀਬਾਂ ਨੇ ਡੰਗਰ ਰੱਖੇ ਹੋਏ ਨੇ ਮੱਝਾਂ ਗਾਵਾਂ ਲਈਆਂ ਨੇ ਪੁੱਛੋ 1.5 ਲੱਖ ਰੇਟ ਨਹੀਂ ਸਾਡਾ ਹੈਗਾ ਉਹਨਾਂ ਦਾ ਹੈਂ ਅਸੀਂ ਖੱਟਿਆ ਕੀ ਉਹ ਸਾਡੀਆਂ ਮੱਝਾਂ ਗਾਵਾਂ ਜਿਹੜੀਆਂ ਨੇ ਕੁਛ ਪਾਣੀ 'ਚ ਰੁੜ ਗਈਆਂ ਨੇ ਕੋਈ ਭੁੱਖਰਾ ਮਰ ਰਹੀਆਂ ਨੇ ਇਹ ਉੱਤੋਂ ਦੀ ਜਾਜ ਲੰਘਾ ਕੇ ਟਪਾ ਕੇ ਜਾਂਦੇ ਥੱਲੇ ਦਿੱਸੇ ਕੱਖ ਨਹੀਂ ਕਹਿੰਦੇ ਨੇ ਬਿਆਨ ਦੇ ਵਿੱਚ ਦੇ ਰਹੇ ਨੇ ਵੀ ਮੁਰਗੀ ਦਾ ਵੀ ਦਿਆਂਗੇ ਕੁੱਤੇ ਦਾ ਵੀ ਦਿਆਂਗੇ ਬਿੱਲੇ ਦਾ ਵੀ ਦਿਆਂਗੇ ਸਭ ਦਾ ਦਿਆਂ ਦੱਸੋ ਕੀ ਦਿੱਤਾ ਕਿਹਨੂੰ ਦਿੱਤਾ 40,000 ਕਹਿ ਕੇ 4,000 ਦਾ 2-4 ਚੱਕ ਜ਼ਰੂਰ ਵੰਡੇ ਨੇ ਜੋ ਪਹਿਲਾਂ ਹੜ ਆਇਆ ਸੀ ਹੁਣ ਦੂਜੇ ਹੜ ਦੇ ਕਹਿੰਦੇ ਗਰਦੌਰੀ ਨਹੀਂ ਹੋਈ ਔਰ ਇਹਨਾਂ ਨੇ ਬੜਾ ਪਹਿਲਾਂ ਇਹ ਠੋਕ ਕੇ ਕਿਹਾ ਸੀ ਵੀ ਗਰਦਾ ਜਦੋਂ ਹੜ ਆਵੇਗਾ ਕੋਈ ਫਸਲ ਤਬਾਹੀ ਹੋਵੇਗੀ ਤਾਂ ਅਸੀਂ ਬਿਨਾਂ ਗਰਦੌਰੀ ਤੋਂ ਤੁਹਾਨੂੰ ਦਿਵਾਵਾਂਗੇ ਮੌਜਬਾ ਕਿੱਥੇ ਗੱਲ ਨਹੀਂ ਜੀ ਬਿਲਕੁਲ ਪੈਸਾ ਕੁਛ ਨਹੀਂ ਦਿੱਤਾ ਨਾ ਦੇਣਾ ਹੈ ਅਸੀਂ ਤਾਂ ਬਸ ਹੁਣ ਇੱਕ ਆਵਾਜ਼ ਉਠਾਉਣ ਲੱਗੇ ਸਾਂ ਚੱਲੇ ਸਾਂ ਇਹ ਨਾ ਸਾਡਾ ਗਲਾ ਦੁੱਬਦਾ ਹੈ ਹੁਣ ਸਾਡੇ ਹੁਣੇ ਹੁਣੇ ਪਤਾ ਲੱਗਾ ਕਿ ਸਾਡੇ ਜੋ ਪੰਡੇਰ ਪਿੰਡ ਵਿੱਚ 18 ਆਪਣਾ ਕਿਸਾਨਾਂ ਦੇ ਉੱਤੇ ਡਾਇਰੈਕਟ FIR ਔਰ 35 ਅਣਪਛਾਤੇ ਵਿੱਚ ਪਾ ਦਿੱਤੇ ਗਏ ਨੇ ਤੇ ਸਾਡੇ ਪ੍ਰੀਤਮ ਸਿੰਘ ਦੀ ਲਾਸ਼ ਦਾ ਕੁਝ ਨਹੀਂ ਕੀਤਾ ਉਹਨਾਂ ਨੇ ਔਰ ਨਾ ਉਹਨਾਂ ਨੂੰ ਕੁਝ ਦੇਣ ਵਾਸਤੇ ਤਿਆਰ ਨੇ ਕਹਿੰਦੇ ਜੀ ਇਹ ਆਪਣੇ ਹੱਥ ਲਿਆ ਉਹ ਕੋਈ ਬੰਦਾ ਹੈਗਾ ਜਾਂ ਆਪਣੇ ਹੱਥ ਲਿਆਵੇਗਾ ਅਸੀਂ ਤਾਂ ਮੰਗਾਂ ਮੰਗਣ ਜਾ ਰਹੇ ਹਾਂ ਕੋਈ ਕਰੋ ਕਿਦਾਂ ਜੀ ਕਰਦਾ ਮਰਨ ਨੂੰ ਕਿਦਾਂ ਜੀ ਕਰਦਾ ਛੜਕਲ ਘੁੰਮਣ ਨੂੰ ਅਸੀਂ ਕਰ ਕੋ ਵਿਹਲੇ ਹਾਂ ਸਾਨੂੰ ਘਰੇ ਕੰਮ ਕੋਈ ਨਹੀਂਗਾ ਇਹਨਾਂ ਨੂੰ ਕੰਮ ਆ
बिल्कुल असं काम वाले हाँ, सारा कुछ है। अज 500 रुपये दिहाड़ी तो बंदा नहीं मिल रहा, असं बिना किसी चीज़ तो किसी लै देने तो बिना सड़कों के उत्ते तुरते फिरते अपने तेल बाल के जा रहे सर, किसी तो कुछ नहीं मंगया। सो सानू जान दो, असं तुहाडे अगे हाथ जोड़ के बेनती तुहाडे जरिए करते हैं कि असं कुछ नहीं तुहानू आंदे, शांतमई ढंग जा रहे शांतमई जान दो। इनियां साडियां बेनतियां तुसीं मंजूर करो। भारतीय किसान यूनियन पंजाब संयुक्त किसान मोर्चा जो ये मंग करता है कि सानू जो है चंडीगढ़ के गवर्नर के ऑफिस के कोल जान दिओ, सानू मंग पत्र देन दिओ। तुहाडा वीर जी नाम की है? सूबेदार जसविंदर सिंह पदेरिया, पंजाब भारतीय किसान यूनियन पंजाब के प्रेस सकत्तर। ओके वीर। दोस्तों तुसीं वेख रहे सी लोकां दी आवाज़ टीवी चैनल ब्लाक ममदोट, जिथे के भारतीय किसान यूनियन के आगू ने सरदार जसविंदर सिंह भलेरिया। इस वीडियो नूं तुसीं वध तों वध अगे शेयर करो। तुसीं वेख रहे सी लोकां दी आवाज़ टीवी चैनल। मैं निशान सिंह, वाहेगुरू जी का खालसा वाहेगुरू जी की फतेह। निशान सिंह जी तुहाडा बहुत बहुत धन्यवाद, तुसीं साडी आवाज़ लोकां तक पहुँचाउण दा जो खेचल कर रहे हो असीं तुहाडे अति धन्नवादी हाँ। और इस तरह तुसीं सेवा करदे रहो और साडी लोकां दी पिछड़िया की दबिया कुचलिया की आवाज लोगों तक पहुंचाते रहो। तो बहुत बहुत धन्यवाद जी। वाहेगुरु जी का खालसा वाहेगुरू जी की फतेह।